ਮੈਂ ਕ੍ਰਿਸ਼ਨ ਸਿੰਘ ਕਮਿਸ਼ਨ ਨਰਮਾਣਾ, ਮੇਰੇ ਨਾਲ ਹਕਮ ਸਿੰਘ ਉੱਭਾ, ਜੀਤ ਸਿੰਘ ਗਾਮੀ ਵਾਲਾ। ਮਿੱਤਰੋ, ਅੱਜ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨ ਸਰਕਾਰ ਤੋਂ ਮੰਗ ਕਰ ਰਹੇ ਨੇ, ਥਾਂ ਥਾਂ 'ਤੇ ਰੈਲੀਆਂ ਵੀ ਹੋ ਰਹੀਆਂ ਨੇ, ਵੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਇਜਾਜ਼ਤ ਦੇਵੇ ਸਰਕਾਰ। ਅਤੇ ਇਹਦੇ ਵਿੱਚ ਸਰਕਾਰ ਦਾ ਹਰਜਾ ਵੀ ਕੀ ਹੈ? ਜੇ ਭਾਰਤ ਦੀਆਂ ਹੋਰ ਸਟੇਟਾਂ ਦੇ ਵਿੱਚ ਖਸਖਸ ਦੀ ਖੇਤੀ ਹੋ ਸਕਦੀ ਹੈ ਤਾਂ ਫਿਰ ਪੰਜਾਬ ਨਾਲ ਵਿਤਕਰਾ ਕਿਉਂ? ਜੇ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ, ਪਾਣੀ ਨੂੰ ਬਚਾਉਣਾ, ਜਵਾਨੀ ਨੂੰ ਬਚਾਉਣਾ ਤਾਂ ਸਰਕਾਰ ਜ਼ਰੂਰ ਇਸ ਪਾਸੇ ਧਿਆਨ ਦੇਵੇ। ਟਹਿਲ ਸਿੰਘ ਵਾਰਨ ਦੀਆਂ ਲਿਖੀਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ, ਧਿਆਨ ਦੇਣਾ। ਸਮੇਂ ਦੀ ਏ ਸਰਕਾਰੇ, ਤੈਨੂੰ ਜੱਟ ਬੇਨਤੀ ਕਰਦਾ, ਜਾਂ ਕਣਕ ਤੇ ਝੋਨਾ ਹਰ ਹਰ ਲਾ ਕੇ ਨੀ ਹੁਣ ਸਰਦਾ, ਜੇ ਬਚਦਾ ਤਾਂ ਜੱਟ ਬਚਾ ਲੈ, ਨਾਲਾ ਝੂਠੇ ਲਾਏ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ, ਆਲੂ ਗੋਭੀ ਪਿਆਜ਼ ਮਟਰ ਜੋ ਮੂੰਗੀ ਮੋਠ ਤੇ ਛੋਲੇ, ਪਾਲਕ ਧਨੀਆ ਲਸਣ ਤੇ ਮੇਥੀ ਹੁਣ ਨਾ ਪਰੇ ਪੜੋਲੇ, ਗਾਜਰ ਮੂਲੀ ਸਰਗਮ ਕੀਆ ਕਰਦਾ ਨਹੀਂ ਗੁਜ਼ਾਰੇ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ, ਕਿੰਨਾ ਲਾ ਲਾ ਕੇ ਜੱਟ ਹਾਰੇ, ਗੰਨਾ ਲਾ ਲਾ ਕੇ ਜੱਟ ਹਾਰੇ, ਮੁੱਕਰ ਗਈਆਂ ਨੇ ਮਿੱਲਾਂ, ਨਰਮਾ ਮੂੰਗਫਲੀ ਤੇ ਮੱਕੀ ਓ ਢਿੱਡ ਭਰਨ ਨਾ ਖਿੱਲਾ, ਹੁਣ ਨਾ ਕਹਿੰਦੇ ਪੰਗਾ ਲੈਣਾ ਗੰਨੇ ਨਾਲ ਦੁਆਰੇ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ, ਇਹਦੇ ਵਿੱਚੋਂ ਪੈਦਾ ਹੋਣੇ ਡੋਡੇ ਭੀਮ ਤੇ ਭੁੱਕੀ, ਮੁੜ ਕੇ ਨਾ ਕੋਈ ਅਮਲੀ ਆਖੂ ਫੀਮ ਡੱਬੀ ਚੋਂ ਮੁੱਕੀ, ਅਮਲੀ ਤੈਨੂੰ ਇਕੱਠੇ ਹੋ ਕੇ ਸਾਰੇ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ, ਇਹਨੂੰ ਤੂੰ ਕੋਈ ਨਸ਼ਾ ਨਾ ਜਾਣੀ, ਇਹ ਹੈ ਇੱਕ ਦਵਾਈ, ਖੇਤਾਂ ਦੇ ਵਿੱਚ ਕੰਮ ਕਰੂਗਾ ਵੀ ਜਿਸ ਬੰਦੇ ਨੇ ਖਾਈ, ਹੋਰ ਦਵਾਈਆਂ ਨਾਲੋਂ ਸਮਝੀ ਇਹਦੇ ਕੰਮ ਨਿਆਰੇ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ, ਇਹਨੂੰ ਖਾ ਕੇ ਪੁੱਤ ਕਿਸੇ ਦਾ ਨਹੀਂ ਮਰੂਗਾ ਕੋਈ, ਚਿੱਟਾ ਚਰਸ ਸਮੈਕ ਜਿਹਾ ਨੂੰ ਕਿਤੇ ਮਿਲੂ ਨਾ ਢੋਈ, ਨਹੀਂ ਕੋਈ ਦਾਰੂ ਪੀ ਕੇ ਮਾਰੂਗਾ ਲਲਕਾਰੇ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ, ਇਹਦੇ ਬਾਜੋ ਹੋਰ ਕੋਈ ਨਾ, ਇਹਦੇ ਬਾਜੋ ਹੋਰ ਕੋਈ ਨਾ, ਹੁਣ ਜੱਟਾਂ ਦਾ ਹੀਲਾ, ਥੱਕ ਗਿਆ ਏ ਜੱਟ ਵਿਚਾਰਾ, ਪੱਟ ਝੋਨੇ ਓ ਡੀਲਾ, ਗੁੱਲੀ ਡੰਡਾ ਵਿੱਚ ਕਣਕ ਦੇ ਮਾਰ ਰਿਹਾ ਫੁੰਗਾਰੇ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ, ਟਹਿਲ ਖਰਾਉਣ ਆਖਦਾ ਜੇ ਹੋ ਜੇ ਉਪਰਾਲਾ, ਮੁੜ ਕੇ ਦੇਸ਼ ਪੰਜਾਬ ਹੋ ਜਾਏ ਦੁਨੀਆਂ ਵਿੱਚ ਨਿਰਾਲਾ, ਨਰਮਾਣੇ ਦਾ ਜਥਾ ਹਮੇਸ਼ਾ ਸੱਚੀ ਗੱਲ ਉਚਾਰੇ, ਵੀਰੋ ਸੱਚੀ ਗੱਲ ਉਚਾਰੇ, ਖਸਖਸ ਦੀ ਖੇਤੀ ਕਰਵਾ ਦੇ। ਸਮੇਂ ਦੀ ਏ ਸਰਕਾਰੇ। ਹਾਂਜੀ, ਸਾਡਾ ਮੋਬਾਇਲ ਨੰਬਰ ਨੋਟ ਕਰ ਲਓ ਜੀ, 98 555 30 455। ਧੰਨਵਾਦ।